ਲਾ ਪਚੋਲਾ ਜੀ ਵੀ ਆ ਗਏ। ਪਚੋਲਾ ਜੀ ਨਹੀਂ ਨੌਨ ਸਟਾਪ ਸਪੀਕਰ। ਸ਼ਮਸ਼ੇਰ ਦਾ ਮੁੰਡਾ ਹੈ। ਸਾਸਰੀ ਸੁਸਰੀ ਕੱਲ ਬਲਾਲੀ ਦੀ ਹੁੰਦੀ ਹੈ ਮੱਲਾ। ਉੱਪਰ ਵਾਲਾ ਬਹੁਤ ਕਰਾਮਾਤੀ ਹੈ, ਪਤਾ ਨੀ ਕਦੋਂ ਕਿਹਨੂੰ ਕਿਹਦੇ ਨਾਲ ਕਿਉਂ ਮਿਲਾਉਂਦਾ ਹੁੰਦਾ ਸਕੂਟਰੀ ਫੜਾ ਕੇ। ਡੈਡੀ ਕਹਿੰਦੇ ਆ ਵੈਸੇ ਮੈਨੂੰ, ਪੁੱਛ ਕਿਉਂ ਜਿੰਦਰ ਸਿੰਘ ਮੈਂ ਕੁੜਮਾ ਗੱਲ ਗਿਆ ਤਾ। ਉਹ ਕਹਿਣ ਲੱਗ ਰਹੇ ਤੇ ਕਿ 60-70 ਬੰਦੇ ਆਉਣਗੇ ਬਰਾਤ ਦੇ, ਕਹਿੰਦੇ ਪੁੱਛ ਲੈਣਾ ਜੀ ਉਹਨੂੰ ਭਾਵੇਂ ਇਤਰਾਜ਼ ਨਾ ਹੋਵੇ ਕੋਈ। ਮੈਂ ਕਿਹਾ ਥਮਾ ਇਤਰਾਜ਼ ਹੋ ਸਕਦਾ ਜਿੰਦਰ ਸਿੰਘ ਨੂੰ, ਇਤਰਾਜ਼ ਨੀ 60-70 ਦੇ 80 ਲੈ ਕੇ ਆਓ ਜੀ ਤੁਸੀਂ। ਬਾਕੀ ਕਹਿਣ ਲੱਗ ਰਹੇ ਤੇ ਬਰਾਤ ਨੂੰ ਰੋਟੀ ਦੇ ਨਾਲ ਮੀਟ ਮੁਰਗਾ ਵੀ ਰੱਖ ਲਿਓ। ਮੈਂ ਕਿਹਾ ਜੀ ਮੱਸੀ ਵੀ ਦੇਵਾਂਗੇ, ਤੂੰ ਤਾਂ ਦਾਰੂ ਪਿਆਲਾ ਵੀ ਵੜਕੂ। ਕਿਹੜੀ ਗੱਲ ਹੈ, ਤੂੰ ਪੁੱਛਦਾ ਤਾਂ ਡੈਡੀ ਕਾਹਨੂੰ ਕਹਿੰਦੇ ਆ ਪਿੰਡ ਦੇ ਵਿੱਚ ਨਾ ਭਾਪੇ ਨੂੰ ਡੈਡੀ। ਮੈਂ ਪਹਿਲਾਂ ਕਹਿਣ ਲੱਗਿਆ ਤਾ ਮੈਂ ਡੈਡੀ ਡੈਡੀ ਕਹਿਣਾ, ਪਿੰਡ ਨੇ ਸਾਰੇ ਨੇ ਮੈਨੂੰ ਡੈਡੀ ਡੈਡੀ ਕਹਿਣਾ ਸ਼ੁਰੂ ਕਰਤਾ। ਇਸੇ ਚੱਕਰ 'ਚ ਗੱਡੀ ਹੋ ਰਹਿ ਗਏ, ਮੈਂ ਸਾਰੀ ਧਰਤੀ ਵਿਆਹਤੀ, ਮੇਰਾ ਆਪਣਾ ਵਿਆਹ ਹੀ ਨਹੀਂ ਹੋਇਆ। ਜਦੋਂ ਵਿਆਹਣ ਗਏ ਨਾ ਉੱਥੇ ਬਰਾਤ ਦੇ ਜਵਾਕ ਮੈਨੂੰ ਡੈਡੀ ਡੈਡੀ ਕਹੀ ਜਾਣ। ਕੁੜੀ ਵਾਲੇ ਨੂੰ ਪੈ ਗਿਆ ਸ਼ੱਕ, ਕਹਿੰਦੇ ਮੁੰਡਾ ਤਾਂ ਪਹਿਲਾਂ ਵਿਆਹ ਲੱਗਦਾ, ਮੈਨੂੰ ਚਾਹ ਪੀਂਦੇ ਨੂੰ ਟੱਕਰਤਾ। ਬਾਕੀ ਮੱਲਾ ਤੇਰੇ ਵਾਲਾ ਕੰਮ ਵੀ ਡੈਡੀ ਕੋਲੇ ਲੋਟ ਆਉਣਾ। ਕੁੜੀ ਤੇਰੇ ਵਾਸਤੇ ਵੀ ਹੈਗੀ ਆ ਮੇਰੇ ਕੋਲੇ, ਮਾਨਸੇ ਦੀ 8ਵੀਂ ਫੇਲ ਹੈ, ਤੂੰ ਜ਼ਮੀਨ ਜਾਇਦਾ ਚੰਗੀ ਹੈ। ਅੱਛਾ ਅੱਛਾ। ਉਹ ਕਾਕਾ ਜੀ ਮੈਂ ਤਾਂ ਅਨਪੜਾ ਨੂੰ ਇੱਜਾ ਰਹਿ ਬੋਲਣ ਵਾਲੀਆਂ ਦੇ ਸਾਕ ਰਾਤੇ, ਮੈਂ ਤਾਂ ਹੋਏ ਰਿਸ਼ਤੇ ਤੜਾ ਦਵਾਂ ਤੇ ਟੁੱਟੇ ਹੋਏ ਜੋੜ ਦਵਾਂ। ਡੈਡੀ ਉਈ ਨਹੀਂ ਕਹਿੰਦੇ ਮੈਨੂੰ, ਦੁਬਾਰਾ ਨਹੀਂ ਪੁੱਛਣਾ ਕਿਉਂ ਕਹਿੰਦੇ ਆ। ਸਕੂਟਰੀ ਛੱਡ ਦੇ ਬਸ, ਹੁਣ ਛੱਡ ਦੇ ਸਕੂਟਰੀ ਕਾਕਾ, ਸਕੂਟਰੀ ਤੋਂ ਯਾਦ ਆ ਗਿਆ ਜਿੰਦਰ ਸਿੰਘ ਉਹ ਕੁੜਮ ਕਹਿੰਦੇ ਤੇ ਸਕੂਟਰ ਸਰਦਾਈ ਰੰਗ ਦਾ ਲੈ ਲਿਓ। ਸਕੂਟਰ ਸਰਦਾਈ ਉਹੀ ਚੱਲਦਾ ਅੱਜ ਕੱਲ੍ਹ, ਇਹੀ ਰੰਗ ਚੱਲਦਾ। ਅਤੇ ਬਾਕੀ ਦਾਰੂ ਤਾਂ ਕਹਿਤਾ ਤੁਹਾਨੂੰ ਮੈਂ, ਠੰਡੇ ਪੱਤੇ ਦਾ ਇੰਤਜ਼ਾਮ ਵੀ ਕਰ ਲਿਓ, ਕਈ ਨਹੀਂ ਪੀਂਦੇ ਹੁੰਦੇ। ਬਾਕੀ ਸੇਵਾ 'ਚ ਕੋਈ ਕਸਰ ਨਹੀਂ ਲੈਣੀ ਚਾਹੀਦੀ ਮੇਰੀ, ਨਾ ਕੋਈ ਨਹੀਂ। ਬਾਕੀ ਹੁਣ ਸਾਰਾ ਫਿਰ ਆਪੇ ਹੀ ਰੱਬ ਭਲਾਈ ਕਰੂ। ਹੈ ਹੁਣ ਸਾਰਾ ਕੁਛ ਡੈਡੀ ਨੇ ਥੋੜ੍ਹਾ ਕਰਨਾ ਹੁੰਦਾ, ਰੱਬ ਨੇ ਵੀ ਕਰਨਾ ਹੁੰਦਾ ਕੁਛ, ਨਹੀਂ ਜੀ। ਉੱਪਰ ਵਾਲਾ ਸਭ ਦੇਖਦਾ, ਠੀਕ ਹੈ।